ਉਹਦੇ ਆਂਡੇ ਵਿੱਚ ਸੁੱਟੇ ਹੋਏ ਉਹਨਾਂ ਨੇ ਬਾਲਣ ਵਾਸਤੇ। ਹਾਂਜੀ, ਇਹ ਕਹਿੰਦੇ ਆ ਵੀ ਅਸੀਂ ਇਹਨੂੰ ਸ਼ਰਾਬ ਬਣਾਉਣ ਲਈ ਵੀ ਵਰਤ ਲੈਂਦੇ ਹਾਂ ਇਸ ਫਸਲ ਨੂੰ, ਅਤੇ ਨਾਲ ਦੀ ਨਾਲ ਸੱਤੂ ਬਣਦਾ ਇਹਦਾ। ਜਿਹੜੇ ਸਫੈਦੇ ਦੇ ਸ਼ਤੀਰ ਪਾ ਤੇ ਤੋ ਉੱਤੇ ਉਹ ਡੰਡੀਆਂ ਜਿਹੀਆਂ ਪਾਤੀਆਂ ਕੱਟ ਕੇ ਸਾਰੀਆਂ, ਦੇਖੋ ਚੰਡ ਰਹੇ ਆ ਬਲੌਕ ਜੇ ਵੀ ਇਹਨਾਂ ਦੇ ਇੱਧਰ ਹੀ ਬਣਦੇ ਨਾ। ਇਹ ਮਿਸਤਰੀ ਜੀ, ਇਹ ਮਿੱਟੀ ਕੇ ਹੈ ਕਿ ਦੂਸਰੇ ਸੀਮੈਂਟ ਕੇ ਹੈ? ਮਿੱਟੀ ਕਾ ਹੈ ਨਾ, ਇਹ ਚਾਹੇ ਵਾਲੀ ਮਿੱਟੀ ਆ। ਆਪਾਂ ਇਹਦੇ ਵਿੱਚ ਪਾਉਂਦੇ ਹਾਂ ਤੂੜੀ, ਪਰ ਇਹ ਸਿੱਧੀ ਮਿੱਟੀ ਇੱਦਾਂ ਹੀ ਪਾ ਦਿੰਦੇ, ਜ਼ਿਆਦਾ ਗਿੱਲੀ ਨਹੀਂ ਕਰਦੇ ਚਾਹਾ ਬਣਾਉਣ ਵਾਸਤੇ। ਸਤਿ ਸ਼੍ਰੀ ਅਕਾਲ ਜੀ, ਲੱਦਾਖ ਦੇ ਪਿੰਡ ਚੁੰਮਨਥਾਂਗ ਤੋਂ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ। ਕੱਲ੍ਹ ਅਸੀਂ ਸ਼ਾਮੀ ਇਸ ਪਿੰਡ ਦੇ ਵਿੱਚ ਆ ਗਏ ਸੀ ਅਤੇ ਇਸ ਪਿੰਡ 'ਚ ਰੁਕਣ ਦਾ ਸਬੱਬ ਐਂ ਬਣਿਆ ਕਿ ਜਿਸ ਅੰਕਲ ਨੂੰ ਅਸੀਂ 2 ਦਿਨ ਪਹਿਲਾਂ ਲਿਫਟ ਦਿੱਤੀ ਸੀ, ਉਸੇ ਅੰਕਲ ਦੇ ਘਰ ਅਸੀਂ ਰੁਕੇ ਹਾਂ। ਹਾਂਜੀ, ਜਿੱਦਣ ਅਸੀਂ ਪੁੱਗਾ ਵੈਲੀ ਜਾ ਰਹੇ ਸੀਗੇ ਉਦਣ ਉਹਨਾਂ ਨੂੰ ਲਿਫਟ ਦਿੱਤੀ ਸੀਗੀ, ਤੋ ਹੁਣ ਅਸੀਂ ਜਦੋਂ ਹੈਨਲੇ ਤੋਂ ਵਾਪਸ ਆਏ ਅਤੇ ਰਾਹ 'ਚ ਉਹਨਾਂ ਦਾ ਪਿੰਡ ਆਉਂਦਾ ਸੀਗਾ ਅਤੇ ਫਿਰ ਇੱਥੇ ਉਹਨਾਂ ਨਾਲ ਮੇਲ ਹੋਇਆ ਅਤੇ ਉਹ ਕਹਿੰਦੇ ਵੀ ਅੱਜ ਇੱਥੇ ਰਹਿ ਕੇ ਜਾਓ। ਅਤੇ ਇੱਧਰ ਅੰਕਲ ਹੋਣਾ ਦਾ ਘਰ ਬਣ ਰਿਹਾ ਵਾ ਅਤੇ ਬਹੁਤ ਸੋਹਣਾ ਕੁਦਰਤੀ ਜਿਹੇ ਮਾਹੌਲ ਦੇ ਵਿੱਚ ਇਹ ਪਿੰਡ ਆ। ਆਹ ਦੇਖੋ ਕਿੰਨੇ ਸੋਹਣੇ ਆਹ ਰੁੱਖ ਜਿਹਾ ਇੱਥੇ ਹੀ ਵੇਖਿਆ, ਨਹੀਂ ਤਾਂ ਸੁੱਕਾ ਸੁੱਕਾ ਹੀ ਆ ਸਾਰਾ ਪਾਸਾ ਇੱਥੇ। ਇਸ ਪਿੰਡ ਦੇ ਵਿੱਚ ਨਾ ਪਾਣੀ ਦਾ ਚਸ਼ਮਾ ਵੀ ਵਗਦਾ, ਆਪਾਂ ਉਹ ਵੀ ਵੇਖਣਾ। ਤੇ ਹੁਣ ਆਪਾਂ ਇਹ ਪਿੰਡ ਦਾ ਤੁਹਾਨੂੰ ਗੇੜਾ ਜਿਹਾ ਲਾ ਕੇ ਵਿਖਾਉਂਦੇ ਵੀ ਖੇਤੀ ਇੱਥੇ ਕਿਹੜੀ ਕਿਹੜੀ ਆ, ਤੇ ਨਾਲ ਦੀ ਨਾਲ ਅੰਕਲ ਦਾ ਘਰ ਬਣਦਾ, ਘਰ ਬਣਾਉਣ ਦਾ ਤਰੀਕਾ ਵੀ ਤੁਹਾਨੂੰ ਵਿਖਾਉਂਦੇ ਵੀ ਇਹ ਕਿਵੇਂ ਘਰ ਬਣਾਉਂਦੇ ਆ। ਵੱਖਰਾ ਸਟਾਈਲ ਆ, ਵੱਖਰਾ ਸਟਾਈਲ ਆ ਆਪਣਾ ਆਪਣੇ ਪਹਿਲਾਂ ਨਾ, ਮਤਲਬ ਤਕਨੀਕ ਥੋੜ੍ਹੀ ਜਿਹੀ ਆਪਣੇ ਵਾਲੀ ਆ ਪਰ ਕੁਝ ਵੱਖਰਾ ਵੀ ਆ। ਹੁਣ ਆਹ ਜਿਹੜੀ ਮਿੱਟੀ ਆ ਇਹ ਚਾਹੇ ਵਾਲੀ ਮਿੱਟੀ ਆ, ਆਪਾਂ ਇਹਦੇ ਵਿੱਚ ਪਾਉਂਦੇ ਹਾਂ ਦੂਸਰੀ ਤੂੜੀ, ਪਰ ਇਹ ਸਿੱਧੀ ਮਿੱਟੀ ਇੱਦਾਂ ਪਾ ਦਿੰਦੇ, ਜ਼ਿਆਦਾ ਗਿੱਲੀ ਨਹੀਂ ਕਰਦੇ ਚਾਹਾ ਬਣਾਉਣ ਵਾਸਤੇ। ਅਤੇ ਇੱਧਰ ਅੰਕਲ ਹੁਣੀ ਖੜ੍ਹੇ ਆ, ਫੈਲ ਗਏ ਸੁਣੀ। ਹੈਲੋ ਅੰਕਲ, ਸਤਿ ਸ਼੍ਰੀ ਅਕਾਲ ਜੂਲੇ ਜੀ। ਅਤੇ ਆਪਾਂ ਜਿਵੇਂ ਪਹਿਲਾਂ ਗਾਡਰ ਪਾਉਂਦੇ ਸੀ, ਗਾਡਰਾਂ ਦੇ ਉੱਤੇ ਬਾਲੇ ਪਾਉਂਦੇ ਸੀਗੇ ਨਾ, ਇਹਨਾਂ ਨੇ ਗਾਡਰਾਂ ਦੀ ਜਗ੍ਹਾ 'ਤੇ ਸ਼ਤੀਰ ਪਾਏ ਹੁੰਦੇ ਆ ਦੂਸਰੇ ਸਫੈਦੇ ਦੇ। ਆਹ ਲਿਫਾਫੇ ਜਿਹਦੇ ਥੱਲੇ ਇੱਧਰ ਢਕੇ ਪਏ, ਆਹ ਦੇਖੋ, ਆਹ ਤੁਹਾਨੂੰ ਦੇਖ, ਇੱਧਰੋਂ ਦੇਖੀ ਹੋਣੇ। ਅਤੇ ਇਹਨਾਂ ਨੂੰ ਪਾਉਣ ਤੋਂ ਬਾਅਦ ਦੇ ਵਿੱਚ ਉੱਪਰ ਟਿਕਾਉਂਦੇ ਆ ਇਹ ਟਾਇਲਟਾਂ ਦੀ ਜਗ੍ਹਾ 'ਤੇ ਆਹ ਵਾਲੀਆਂ ਚੀਜ਼ਾਂ, ਇਹ ਵੀ ਸਫੈਦੇ ਦੀਆਂ ਹੀ ਆ ਸੋਟੀਆਂ। ਇਹਨਾਂ ਨੂੰ ਕੱਟ ਲੈਂਦੇ ਸਾਈਜ਼ 'ਚ, ਬਾਕੀ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਉਣਾ। ਇਹ ਤਾਂ ਜਸਟ ਇੱਕ ਚੀਜ਼ ਸਮਝਾ ਹੀ ਰਿਹਾ ਵੀ ਕਿਵੇਂ ਕਿਵੇਂ ਵਰਤਦੇ ਆ ਇਹ। ਲੈਂਟਰ ਘੱਟ ਹੀ ਪਾਉਂਦੇ ਆ, ਉੱਤੇ ਮਿੱਟੀ ਦਾ ਚਾਹਾ ਪਾ ਦਿੰਦੇ ਆ ਫੁੱਲ ਸੂਰਜਮੁਖੀ ਦੇ। ਆਹੋ, ਇਹ ਤਾਂ ਸਜਾਵਟ ਲਈ ਲਾਏ ਹੋਣੇ ਮੈਨੂੰ ਲੱਗਦਾ। ਆ ਜਾਓ ਇੱਧਰ ਨੂੰ ਪਹਿਲਾਂ। ਵਾਹਿਗੁਰੂ, ਠੰਡ ਲੱਗ ਗਈ ਆ ਜਾਂਦੀ ਕੋਈ ਇੱਕ ਅੱਧੀ ਛਿੱਕ ਕੋਈ ਆ। ਅਤੇ ਇੱਥੋਂ ਦੀ ਮਿੱਟੀ ਹੀ ਬਹੁਤ ਮਜ਼ਬੂਤ ਆ, ਮਤਲਬ ਸੀਮਿੰਟ ਵਰਗਾ ਕੰਮ ਕਰਦੀ ਆ। ਹੁਣ ਜਿਹੜਾ ਮੈਂ ਤੁਹਾਨੂੰ ਸਮਾਨ ਬਾਹਰੋਂ ਖਾਇਆ, ਇੱਥੇ ਵੇਖੋ, ਆਹ ਹੁਣ ਜਿਹੜੇ ਸਫੈਦੇ ਦੇ ਸ਼ਤੀਰ ਪਾ ਤੇ ਤੋ ਉੱਤੇ ਉਹ ਡੰਡੀਆਂ ਜਿਹੀਆਂ ਪਾਤੀਆਂ ਕੱਟ ਕੇ ਸਾਰੀਆਂ। ਆਹ ਹਰੇਕ ਖਾਣ ਦੇ ਉੱਤੇ ਉੰਨੀਆਂ ਉੰਨੀਆਂ ਵਾਲ 1.5 ਫੁੱਟ ਦਾ ਖਾਣਾ ਤੋਂ ਉੰਨੀਆਂ ਉੰਨੀਆਂ ਕੱਟ ਕੇ ਪਾਈਆਂ ਪਈਆਂ। ਅਤੇ ਅੱਜ ਮਨ ਵੀ ਉੱਪਰ ਚੱਲਦੇ, ਇੱਧਰ ਤੁਹਾਨੂੰ ਉੱਪਰੋਂ ਦਿਖਾਉਂਦੇ ਪਿੰਡ ਨਾਲੇ। ਮਿਸਤਰੀ ਲੱਗੇ ਪਏ ਆ, ਇਸ ਜਗ੍ਹਾ 'ਤੇ ਆ ਦੇਖੋ ਇੱਦਾਂ ਇਹਨਾਂ ਨੇ ਵਿਛਾਤੀਆਂ ਇਹ ਜਿਹੜੀਆਂ ਲੱਕੜਾਂ ਕੱਟੀਆਂ ਸੀਗੀਆਂ। ਅਤੇ ਵਿਛਾਉਣ ਤੋਂ ਬਾਅਦ ਉੱਪਰ ਆ ਗੱਤਾ ਵਿਛਾ ਕੇ ਅਤੇ ਮਿੱਟੀ ਪਾਈ ਜਾਣੀ ਆ ਇਸ ਤਰ੍ਹਾਂ। ਅਤੇ ਆ ਇੱਧਰ ਮਿਸਤਰੀ ਸਾਹਿਬ ਬੂਰਾ ਭਰਿਆ ਪਿਆ ਇਹਨਾਂ ਨੇ ਅਤੇ ਟਿਕਾਈ ਜਾ ਰਹੇ ਆ ਲੱਕੜਾਂ। ਦੇਖੋ ਚੰਡ ਰਹੇ,
ਹੋਰ ਮਿਸਤਰੀ ਜੀ ਕੈਸੇ ਹੋ, ਠੀਕ ਹੋ? ਕਹਾਂ ਸੇ ਹੋ ਆਪ? ਨੇਪਾਲ ਸੇ? ਠੀਕ ਆ ਜੀ। ਇਹ ਜਿੰਨੇ ਵੀ ਇੱਥੇ ਕਾਰੀਗਰ ਕੰਮੇ ਆ ਨਾ, ਸਾਰੇ ਬਾਹਰੋਂ ਹੀ ਨੇ। ਅਤੇ ਇਹਦੇ ਉੱਤੇ ਮੈਂ ਪੁੱਛਿਆ ਸੀਗਾ, ਕਹਿੰਦੇ ਆ ਹੁਣ ਗੱਤੇ ਦੇ ਉੱਤੇ ਮਿੱਟੀ ਪਾਉਣ ਤੋਂ ਬਾਅਦ 'ਚ ਇੱਦਾਂ ਹੀ ਛੱਡ ਦੇਣਾ ਇਹਨੂੰ, ਕੋਈ ਇਹਤੇ ਪਾਣੀ ਨਹੀਂ ਪਾਉਣਾ, ਬਸ ਇੱਦਾਂ ਹੀ ਇਹ ਆਪੇ ਪੱਕੀ ਬਣ ਜਾਣੀ ਆ, ਅਤੇ ਇਹਨੇ ਪਾਣੀ ਥੱਲੇ ਜਾਣ ਹੀ ਨਹੀਂ ਦੇਣਾ। ਮੈਨੂੰ ਸੀ ਵੀ ਸ਼ਾਇਦ ਤਰਪਾਲ ਵੀ ਪਾਉਂਦੇ ਹੋਣਗੇ, ਕਹਿੰਦੇ ਕਈ ਬੰਦੇ ਤਰਪਾਲ ਪਾ ਲੈਂਦੇ ਆ ਪਰ ਸਾਰੇ ਨਹੀਂ ਪਾਉਂਦੇ। ਆਹ ਬਲੌਕ ਜਿਹੇ ਵੀ ਇਹਨਾਂ ਦੇ ਇੱਧਰ ਹੀ ਬਣਦੇ ਨਾ? ਹਾਂਜੀ, ਆਹ ਵਾਲੇ ਸੀਮੈਂਟ ਦੇ। ਇਹ ਮਿਸਤਰੀ ਜੀ ਇਹ ਮਿੱਟੀ ਕੇ ਹੈ ਕਿ ਦੂਸਰੇ ਸੀਮੈਂਟ ਕੇ ਹੈ? ਇਹ ਵਾਲਾ ਪੱਪੂ ਤੋਂ ਇਹ ਮਿੱਟੀ ਦਾ ਹੈ। ਮਿੱਟੀ ਦਾ ਹੈ ਨਾ ਉਹ ਵਾਲਾ? ਉਹ ਸੀਮੈਂਟ ਵਾਲਾ ਕਰਾ? ਹਾਂ ਠੀਕ ਹੈ। ਇਹ ਮਿੱਟੀ ਦਾ ਇੱਧਰ ਹੀ ਬਣਾ ਲੈਤੇ ਹੈ ਇਹ? ਅੱਛਾ, ਘਰ ਮੈਂ ਆਪ ਹੀ? ਠੀਕ ਹੈ, ਵਧੀਆ। ਠੀਕ ਹੈ ਜੀ, ਸ਼ੁਕਰੀਆ, ਕਰੀਏ ਕੰਮ। ਹੁਣ ਪਰਲੇ ਪਾਸੇ ਨੂੰ ਚੱਲਦੇ ਖੇਤ ਵਾਲੇ ਬੰਨੇ ਨੂੰ। ਇੱਧਰੋਂ ਦੀ ਲੰਘ ਜਾਣਾ ਨਾ, ਵਿੱਚ ਹੀ ਰਾਹ ਹੈਗਾ। ਅਤੇ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਲੱਦਾਖ ਦੇ ਜਿਹੜੇ ਪਿੰਡ ਆ, ਜਿਹੜੇ ਲੋਕ ਆ ਉੱਥੋਂ ਦੇ, ਉਹਨਾਂ ਦੀ ਆਰਥਿਕਤਾ ਜ਼ਿਆਦਾਤਰ ਜਿਹੜੇ ਆਪਾਂ ਏਰੀਆ ਘੁੰਮ ਕੇ ਆਏ ਉਹਦੇ 'ਚ ਬੱਕਰੀਆਂ ਭੇਡਾਂ ਦੇ ਸਿਰ ਤੋਂ ਚੱਲਦੀ ਆ, ਕਿਉਂਕਿ ਉਹਨਾਂ ਨੂੰ ਮੁੰਨ ਕੇ ਉਹਨਾਂ ਦੀ ਉੱਨ ਵੇਚਦੇ ਆ। ਬਾਕੀ ਖੇਤੀ ਅਸੀਂ ਹਾਲੇ ਤੱਕ ਵੇਖੀ ਨਹੀਂ ਉੱਧਰਲੀ ਕਿਸੇ ਵੀ ਬੈਲਟ 'ਚ, ਇਹ ਇਸ ਏਰੀਏ ਦੇ ਵਿੱਚ ਇੱਥੇ ਆ ਕੇ ਜਾਂ ਨਿਊਮਾ ਤੋਂ ਇੱਧਰਲੇ ਬੰਨੇ ਨੂੰ, ਜਾਂ ਫਿਰ BRO ਦੇ ਨਾਲ ਸੜਕਾਂ ਦਾ ਕੰਮ ਕਰਦੇ। ਹਾਂਜੀ, ਤਕਰੀਬਨ ਹਰੇਕ ਪਿੰਡ ਦੇ ਵਿੱਚੋਂ, ਹਰੇਕ ਘਰ ਦੇ ਵਿੱਚੋਂ ਕੋਈ ਨਾ ਕੋਈ ਜਾਂਦਾ ਹੀ ਆ BRO ਦੇ ਨਾਲ ਕੰਮ ਕਰਨ। ਇੱਥੇ ਹੁਣ ਜਿਉਂਆਂ ਦੀ ਖੇਤੀ ਆ ਤਾਂ ਵੱਢਣ ਵਾਲੇ ਹੋਏ ਪਏ ਆ। ਅਤੇ ਲੇਹ ਇੱਥੋਂ 135-140 ਹੋਣਾ, ਨਹੀਂ ਅਸੀਂ ਲੇਹ ਵਾਲ ਨਹੀਂ ਹੁਣ ਵੱਧਣਾ। ਆਹ ਵੇਖੋ ਸਪੀਤੀ ਵਾਲੇ ਜਿਉਂ ਹਾਲੇ ਥੋੜ੍ਹੇ ਜਿਹੇ ਹਰੇ ਸੀਗੇ, ਇਹ ਪੱਕ ਗਏ ਆ। ਸਿੱਟਾ ਤੋੜ ਕੇ ਮਸਲ ਕੇ ਵੇਖਿਓ ਵਿੱਚੋਂ ਕਿੱਦਾਂ ਦੀ ਜੋਇੰਟ ਅਨਾਜ ਨਾ ਨਿਕਲਦਾ। ਸਿੱਟਾ ਤਾਂ ਕਣਕ ਵਾਲੀ ਗਈ ਫੋਰਮੇਸ਼ਨ ਹੀ ਆ। ਹਾਂ, ਦਾਣੇ ਵੀ ਉਸੇ ਤਰ੍ਹਾਂ ਦੇ ਹੁੰਦੇ ਆ ਥੋੜ੍ਹੇ। ਹਾਂਜੀ, ਅਤੇ ਇਹ ਕਹਿੰਦੇ ਆ ਵੀ ਅਸੀਂ ਇਹਨੂੰ ਸ਼ਰਾਬ ਬਣਾਉਣ ਲਈ ਵੀ ਵਰਤ ਲੈਂਦੇ ਹਾਂ ਇਸ ਫਸਲ ਨੂੰ, ਅਤੇ ਨਾਲ ਦੀ ਨਾਲ ਸੱਤੂ ਬਣਦਾ ਇਹਦਾ। ਮੈਂ ਪੁੱਛਦਾ ਵੀ ਕਿਵੇਂ ਕਰਦੇ, ਕਹਿੰਦੇ ਜ਼ਿਆਦਾ ਤਾਂ ਅਸੀਂ ਸੱਤੂ ਹੀ ਬਣਾਉਂਦੇ ਹਾਂ ਖਾਣ ਪੀਣ ਦੇ ਲਈ। ਹਾਂਜੀ, ਅਤੇ ਉਹ ਬਣਾਉਣ ਦਾ ਤਰੀਕਾ ਇਹ ਆ ਵੀ ਇਹਨੂੰ ਹੁਣ ਵੱਢ ਕੇ ਇਹਨਾਂ ਨੇ ਥੋੜ੍ਹੇ ਦਿਨਾਂ 'ਚ ਹੜੰਬੇ ਦੇ ਨਾਲ ਗਾ ਲੈਣਾ, ਉਸ ਤੋਂ ਬਾਅਦ 'ਚ ਇਹਨੂੰ ਭੁੰਨਦੇ ਆ ਇਹ। ਹਾਂਜੀ, ਭੁੰਨ ਕੇ ਰੱਖਦੇ ਆ, ਫਿਰ ਭੁੰਨ ਕੇ ਫਿਰ ਪਸਾਉਂਦੇ ਆ ਚੱਕੀ 'ਤੇ, ਅਤੇ ਉਦੋਂ ਬਾਅਦ 'ਚ ਪਹਿਲਾਂ ਸੁਕਾਉਂਦੇ ਵੀ ਆ ਥੋੜ੍ਹਾ ਟਾਈਮ। ਹਾਂਜੀ, ਉਹ ਹਰਾ ਖੇਤ ਆ, ਇਕੱਲਾ ਜਿਉਂ ਹੀ ਆ ਇੱਥੇ ਤਾਂ। ਆਹ ਦੇਖੋ ਕਿੰਨਾ ਏਰੀਆ ਸਾਰਾ ਇੱਧਰ ਨੂੰ, ਉਹ ਤੱਕ ਦੂਰ ਦੂਰ ਤੱਕ ਸਾਰੇ ਜਿਉਂ ਦੀ ਖੇਤੀ ਹੈ ਇਹ ਵੀ। ਇਹਨਾਂ ਦੇ ਸੈਂਟਰ 'ਚ ਖੇਤ ਨੇ ਸਾਰੇ, ਹੈ ਨਾ, ਘਰ ਆਸੇ ਪਾਸੇ ਬਣੇ ਹੋਏ ਆ, ਅਤੇ ਜਿਹੜਾ ਪਲੇਨ ਏਰੀਆ ਉੱਥੇ ਇਹਨਾਂ ਨੇ ਖੇਤੀ ਕੀਤੀ ਹੈ। ਹਾਂਜੀ, ਅਤੇ ਚੁੰਮਨ ਥਾਂਗ ਦੀ ਜਿਹੜਾ ਮਤਲਬ ਆ ਉਹ ਵੀ ਤੁਹਾਨੂੰ ਦੱਸ ਦਿੰਦੇ ਵੀ ਥਾਂਗ ਦਾ ਮਤਲਬ ਤਾਂ ਜਗ੍ਹਾ ਹੁੰਦੀ ਆ। ਹਾਂਜੀ, ਅਤੇ ਜਿਹੜਾ ਚੁੰਮਨ ਸ਼ਬਦ ਆ ਉਹ ਅੰਕਲ ਦੱਸਦੇ ਵੀ ਇਹ ਜਿਹੜਾ ਏਰੀਆ ਨਾ ਸਾਰਾ, ਇਹ ਘਰਾਂ ਦੇ ਆਲੇ ਦੁਆਲੇ ਪਾਣੀ ਸੀਗਾ, ਅਤੇ ਪਾਣੀ ਦੇ ਸੋਮਿਆਂ ਨੂੰ ਜਾਂ ਚਸ਼ਮਿਆਂ ਨੂੰ ਇਹ ਚੁੰਮਨ ਕਹਿੰਦੇ ਆ, ਅਤੇ ਥਾਂਗ ਜਗ੍ਹਾ ਹੋ ਜਾਂਦੀ, ਇਸ ਕਰਕੇ ਚੁੰਮਨ ਥਾਂਗ ਬਣ ਜਾਂਦਾ। ਬਾਕੀ ਉਹ ਅੱਗਲੇ ਪਾਸੇ ਜਿਹੜਾ ਗਰਮ ਪਾਣੀ ਦਾ ਚਸ਼ਮਾ ਆਉਣਾ ਉਹ ਵੀ ਆਪਾਂ ਵੇਖਣਾ, ਅਤੇ ਉਹਦਾ ਕਰਕੇ ਵੀ ਕਹਿੰਦੇ ਚੁੰਮਨ ਥਾਂਗ ਕਹਿ ਦਿੰਦੇ ਆ। ਕਿ ਬਹੁਤ ਵਧੀਆ ਪਹਾੜਾਂ ਦੀ ਗੋਦ ਜੀ ਦੇ ਵਿੱਚ ਕਾਹਲੇ ਪਿੰਡ ਬਣਿਆ ਪਿਆ ਇਹ, ਅਤੇ ਇੱਥੇ ਆ ਟਾਵਰ ਮੈਨੂੰ ਦੇ ਗਏ, ਅਤੇ ਦੱਸ ਦੇਵਾਂ ਵੀ BSNL, Airtel ਅਤੇ Jio
ਤਿੰਨੇ ਚੱਲਦੇ ਇੱਥੇ, ਪਰ ਅੰਕਲ ਦੇ ਘਰ ਤੋਂ 100 ਮੀਟਰ ਆ ਟਾਵਰ ਜੀਓ ਵਾਲਾ, ਤੇ ਜੀਓ ਸਾਡਾ ਚੱਲਿਆ ਨਹੀਂ, ਸਾਡਾ ਨੈੱਟ ਨਹੀਂ ਚੱਲਿਆ। ਹਾਂ, ਪਰ ਇੱਧਰ ਜਦੋਂ 1 ਕਿਲੋਮੀਟਰ ਦੂਰ ਸੀ ਨਾ ਪਿੰਡ ਤੋਂ ਟਾਵਰ ਤੋਂ, ਉੱਥੇ ਚੱਲ ਰਿਹਾ ਸੀਗਾ, ਪਰ ਇੱਥੇ ਮੋਢਾ ਕੇ ਨਹੀਂ ਚੱਲਿਆ। ਮੈਨੂੰ ਲੱਗਦਾ ਵੀ ਉਹ ਰੇਜ਼ ਉਹਦਾ ਜਿਹੜਾ ਐਂਟੀਨਾ ਜਿਹਾ ਹੁੰਦਾ ਨਾ, ਉੱਧਰ ਨੂੰ ਰੋਡ ਵੱਲ ਨੂੰ ਸਿੱਟਦਾ ਉਹ ਰੇਜ਼। ਉਹਦੇ ਅੰਕਲ ਉਹਨਾਂ ਦੀ ਗਾਂ। ਅੱਛਾ, ਇਹਨਾਂ ਦੀ ਦੇਖੀ? ਮੈਂ ਦੇਖੀ ਸੀ ਕੱਲ੍ਹ ਸ਼ਾਮ। ਓਕੇ, ਇਹ ਆਂਟੀ ਹੁਣ ਇੱਧਰ ਬੰਨ ਗਏ, ਹੁਣ ਆਂਟੀ ਚੱਲ ਗਈ ਆ ਕੰਮ 'ਤੇ ਸਾਨੂੰ ਕਵਾ ਪਿਆ ਕੇ। ਹਾਂਜੀ, ਅਤੇ ਕਹਿੰਦੇ ਸੀ ਵੀ ਕੋਈ ਨਾ, ਅੰਕਲ ਵੀ ਵੈਟਨਰੀ ਵਿਭਾਗ ਦੇ ਵਿੱਚ ਹੀ ਕੰਮ ਕਰਦੇ ਆ, ਅਤੇ ਉਹ ਪਰ ਠੀਕ ਨਹੀਂ ਸੀਗੇ ਉੱਦਣ ਵੀ, ਉਹ ਕੰਮ 'ਤੇ ਜਾ ਰਹੇ ਸੀਗੇ ਅਤੇ ਉਹ ਫਿਰ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਅਤੇ ਫਿਰ ਸਾਡੇ ਨਾਲ ਲਿਫਟ ਲੈ ਕੇ ਇੱਧਰ ਨੂੰ ਆ ਗਏ ਸੀਗੇ। ਹਾਂਜੀ, ਅੰਕਲ ਦਾ ਜਿਹੜਾ ਮੁੰਡਾ ਉਹ ਫੌਜ ਦੇ ਵਿੱਚ ਆ ਤੇ ਕੁੜੀ ਵੀ ਐਨੀਮਲ ਹਸਬੈਂਡਰੀ ਚ ਆ, ਉਹਦੀ ਵੀ ਨੌਕਰੀ ਪੱਕੀ ਲੱਗੀ ਆ, ਤੇ ਮਤਲਬ ਦੋਨੋਂ ਨਿਆਣੇ ਇਹਨਾਂ ਦੇ ਸਰਕਾਰੀ ਨੌਕਰੀ ਕਰਦੇ ਆ, ਆਪ ਵੀ ਸਰਕਾਰੀ ਨੌਕਰੀ ਦੀ ਆ, ਕਹਿੰਦੇ ਰਿਟਾਇਰ ਹੋਣ ਵਾਲਾ ਹੀ ਆ ਮੈਂ ਹੁਣ। ਹਾਂਜੀ, ਕਹਿੰਦੇ ਪੜ੍ਹਾਇਆ ਲਿਖਾਇਆ ਸੀ ਆਪਣੇ ਨਿਆਣਿਆਂ ਨੂੰ ਵਧੀਆ। ਕੁੜੀ ਤਾਂ ਖਰੇ ਉੱਧਰ ਨਾਸਿਕ ਪੜ੍ਹ ਕੇ ਆਈ ਸੀ ਕਹਿੰਦੇ। ਹਾਂਜੀ, ਮਹਾਰਾਸ਼ਟਰ ਗਈ ਸੀਗੀ, ਉੱਥੇ ਕੋਰਸ ਕੀਤਾ ਕਹਿੰਦੇ ਉਹਨੇ। ਨਹੀਂ, ਨਾਗਪੁਰ, ਸੋਰੀ ਨਾਗਪੁਰ, ਨੰਨਾ ਨੰਨਾ ਉਹ ਮਿਕਸ ਹੋ ਗਏ, ਨਾਸਿਕ ਜਾਂ ਨਾਗਪੁਰ ਦਾ ਭੁਲੇਖਾ ਜਿਹਾ ਸੀਗਾ। ਹੁਣ ਤੱਕ ਅਸੀਂ ਲੱਦਾਖ ਦੇ ਜਿੰਨੇ ਵੀ ਪਿੰਡ ਦੇਖੇ ਉਹਦੇ ਵਿੱਚੋਂ ਸਭ ਤੋਂ ਵੱਡਾ ਪਿੰਡ ਇਹ ਲੱਗਾ ਸਾਨੂੰ, ਕਿਉਂਕਿ ਆਬਾਦੀ ਬਹੁਤ ਜ਼ਿਆਦਾ ਆ ਅਤੇ ਇਸ ਪਿੰਡ ਦੇ ਵਿੱਚ ਹਸਪਤਾਲ ਵੀ ਹੈ ਅਤੇ ਸਰਕਾਰੀ ਸਕੂਲ ਵੀ ਹੈਗਾ, ਹਾਈ ਸਕੂਲ ਹੈ। ਆਯੁਸ਼ਮਾਨ ਉਹ ਲਿਖਿਆ ਸੀ ਨਾ ਉੱਧਰ ਹਸਪਤਾਲ, ਕਿਉਂਕਿ ਅੰਕਲ ਦਾ ਘਰ ਨਾਲ ਹੀ ਆ ਇੱਧਰ ਉਹਦੇ, ਅਤੇ ਹੈ ਵੀ ਪਿੰਡ ਮੇਨ ਰੋਡ 'ਤੇ ਹੀ ਹੈ। ਹਾਂਜੀ, ਮਤਲਬ ਥੋੜ੍ਹਾ ਜਿਹਾ ਉੱਪਰ ਹਟਵਾਂ ਚੜ੍ਹਨਾ ਪੈਂਦਾ ਆ, ਪਰ ਆਉਂਦਾ ਮੇਨ ਰੋਡ 'ਤੇ ਹੀ ਹੈ। ਉਹ ਪਹਿਲਾਂ ਇਹੀ ਮੈਨੂੰ ਲੱਗਦਾ ਸੜਕ ਹੋ ਸਕਦੀ ਹੈ, ਬਾਅਦ 'ਚੋਂ ਬਾਈਪਾਸ ਕੱਢਤਾ ਵੱਖਰਾ। ਹਾਂਜੀ ਹਾਂਜੀ, ਅੱਜ ਕੱਲ੍ਹ ਆ ਸੀਜ਼ਨ ਆ ਵੀ ਉਸਾਰੀ ਬਹੁਤ ਹੋ ਰਹੀ ਹੈ ਜਿਹੜੇ ਅਸੀਂ ਦੇਖ ਰਹੇ ਹਾਂ ਨਾ, ਕਿਉਂਕਿ ਫਿਰ ਬਾਅਦ 'ਚ ਬਰਫਾਂ ਪੈ ਜਾਂਦੀਆਂ, ਉਦੋਂ ਫਿਰ ਕੰਮ ਨਹੀਂ ਹੁੰਦਾ। ਅੱਜ ਕੱਲ੍ਹ ਹੱਥ ਹੁੱਥ ਖੁੱਲਦੇ ਵਧੀਆ ਮਿਸਤਰੀਆਂ ਦੇ, ਕੁਛ ਮਹੀਨੇ ਹੁੰਦੇ ਇਹਨਾਂ ਕੋਲ। ਹਾਂਜੀ, ਕਿਉਂਕਿ ਬਰਫਾਂ ਤਾਂ ਪੈਂਦੀਆਂ ਨੇ ਹਰ ਥਾਂ 'ਤੇ, ਇਸ ਕਰਕੇ ਫਿਰ ਇਹਨਾਂ ਦਿਨਾਂ 'ਚ ਜੋਰਾਂ ਸ਼ੋਰਾਂ ਨਾਲ ਕੰਮ ਕਾਰ ਚੱਲ ਰਿਹਾ ਉਸਾਰੀ ਦਾ। ਆਪਣੇ ਪਿੰਡ ਨਾ ਇੱਦਾਂ ਦੀਆਂ ਉਹ ਡੰਡੀਆਂ ਪੱਖੀਆਂ ਬਣਾਉਣ ਲਈ ਵਰਤਦੇ ਆ ਸਫਾਈ ਦਿੰਦੀਆਂ, ਉਹ ਆਪ ਗੋਲ ਕਰਦੇ, ਕੁਦਰਤੀ ਗੋਲ ਨੇ। ਅੱਛਾ, ਹਾਂਜੀ, ਅਤੇ ਅੰਕਲ ਆਉਂਦੇ ਵੀ ਇਹ ਸ਼੍ਰੀਨਗਰ ਤੋਂ ਹੀ ਲਿਆਉਂਦੀਆਂ ਇਹਨਾਂ ਨੇ, ਇੱਥੋਂ ਮਿਲਦੀਆਂ ਨਹੀਂ ਆ ਲੱਦਾਖ ਤੋਂ। ਠੀਕ ਹੈ ਅੰਕਲ, ਚਲਤੇ ਹੈਂ, ਬਹੁਤ ਅੱਛਾ ਲਗਾ ਆਪਕੋ ਮਿਲ ਕੇ, ਤੋ ਫਿਰ ਮਿਲੇਂਗੇ, ਆਉਣਾ ਪੰਜਾਬ ਵੀ ਆਪ। ਹਾਂ ਹਾਂ, ਆਮ ਵੀ ਆਏਗੇ ਤਾਂ ਦੁਬਾਰਾ ਮਿਲੇਂਗੇ। ਠੀਕ ਹੈ, ਸ਼ੁਕਰੀਆ। ਠੀਕ ਹੈ ਅੰਕਲ ਜੀ। ਓਕੇ ਜੀ, ਠੀਕ ਹੈ ਮਿਸਤਰੀ ਜੀ। ਹਾਂਜੀ ਹਾਂਜੀ, ਆਰਾਮ ਨਾਲ ਜਾਂਗੇ। ਠੀਕ ਹੈ ਜੀ, ਪਿੰਡ ਵਾਲੀ ਉੱਪਰਲੀ ਸੜਕ ਤੋਂ ਅਸੀਂ ਮੇਨ ਤੇ ਆ ਗਏ ਆ, ਫੇਰ ਸਿੰਧ ਦਰਿਆ ਸਾਡੇ ਨਾਲ ਨਾਲ, ਅਸੀਂ ਸਿੰਧ ਦੇ ਨਾਲ ਨਾਲ ਆ ਗਏ। ਇੱਥੇ ਥੋੜਾ ਤੇਜ਼ ਆ। ਹਾਂਜੀ, ਬਸ ਪਿੰਡ ਤੋਂ ਮਾੜਾ ਜਿਹਾ ਬਾਹਰ ਨਿਕਲਦੇ ਸਾਰ ਹੀ ਉਹ ਤੱਤੇ ਪਾਣੀ ਦਾ ਸੋਮਾ ਆ। ਪਿੰਡ ਵੱਲੋਂ ਥੋੜਾ ਜਿਹਾ ਅੱਗੇ ਨੂੰ ਆ ਕੇ ਨਾ 2 ਕੁ ਮਿੰਟ ਦੀ ਦੂਰੀ 'ਤੇ, ਅਤੇ ਆਹ ਬਜਾਲ ਟੈਪ ਹੀ ਵਾਹਵਾ ਬਣਿਆ, ਇਹ ਸ਼ਹਿਰ ਵਾਂਗੂ ਹੀ ਲੱਗਣ ਡਿਆ ਨਾ। ਹਾਂਜੀ, ਛੋਟਾ ਜਿਹਾ ਕਸਬਾ ਹੈਗਾ ਇੱਧਰ, ਕਾਫੀ ਰੈਸਟੋਰੈਂਟ, ਬੈਂਕ ਵੀ ਹੈਗੀ ਇੱਥੇ, SBI ਸੀ, ਅਤੇ ਇੱਧਰ ਖੱਬੇ ਹੱਥ ਹੀ
ਉਹ ਹੋਟ ਸਪਰਿੰਗ ਆ, ਧੂੰਆਂ ਨਿਕਲਦਾ, ਭਾਫ ਨਿਕਲਦੀ, ਆਪੇ ਪਤਾ ਲੱਗ ਜਾਂਦਾ। ਆਹੋ ਉਹ ਦੇ ਸਾਹਮਣੇ ਗਾਰ ਗਏ ਹੋਊਗਾ, ਉਦਾਂ ਦਾ ਹੀ ਹੋਣਾ ਮੈਨੂੰ ਲੱਗਦਾ। ਆਹ ਜਿੰਨਾ ਪਾਣੀ ਜੰਗਾਲਿਆ ਜਾਂ ਦਿਖ ਰਿਹਾ, ਇਹ ਹੇਠਾਂ ਪਰਤ ਹੋ ਗਈ ਤੱਤੀ, ਤਾਂ ਕਰਕੇ ਇੱਦਾਂ ਦਾ ਰੰਗ ਬਣ ਗਿਆ ਅਤੇ ਪੂਰਾ ਗਰਮ ਆ। ਪੁੱਗਾ ਵੈਲੀ ਨਾਲੋਂ ਤਾਂ ਬੜਾ ਤੱਤਾ ਪਾਣੀ ਇਹ। ਆਹ ਵੇਖੋ ਕਿੰਨੀ ਭਾਫ ਨਿਕਲਦੀ ਹੈ, ਬਹੁਤ ਜ਼ਿਆਦਾ ਹੀ ਹੈ, ਪੂਰਾ ਸੇਕ ਆ ਇਹ। ਅਗਲੇ ਪਾਸੇ ਵੀ ਇੱਦਾਂ ਹੀ ਉਹ ਖੜ੍ਹੇ, ਉੱਧਰ ਪਰੇ ਉੱਧਰ ਵੀ ਚੱਲਦੇ ਹਾਂ। ਇਹ ਥੋੜ੍ਹਾ ਥੋੜ੍ਹਾ ਹੈ ਨਾ, ਆਹੋ ਇਹ ਤਾਂ ਹਿਸਾਬ ਜਿਹੇ ਦਾ ਹੋਣਾ, ਪਰ ਉਹ ਜਿਹੜਾ ਜਾਲਾ ਜਿਹਾ ਹੁੰਦਾ ਨਾ ਪਾਣੀ ਦਾ, ਉਹਦਾ ਰੰਗ ਬਦਲ ਗਿਆ ਉੱਥੇ ਸੇਕ ਦੇ ਨਾਲ, ਜਿਹੜਾ ਮਤਲਬ ਐਨ ਫੁੱਟ ਫੁੱਟ ਕੇ ਨਿਕਲਦੇ ਆ ਨਾ ਥੱਲਿਓਂ ਧਰਤੀ 'ਚੋਂ, ਉਹ ਬਹੁਤ ਜ਼ਿਆਦਾ ਗਰਮ ਹੈ। ਆਹ ਇੱਧਰ ਲਿਖਿਆ ਪਿਆ ਵੀ ਇਹ ਸਕਿਨ ਡਿਸੀਜ਼ ਲਈ ਅਤੇ ਜੁਆਇੰਟ ਪੇਨਸ ਲਈ, ਮਤਲਬ ਗੋਡਿਆਂ ਦੇ ਕੋਈ ਵੀ ਦਰਦ ਹੋਵੇ ਜੁਆਇੰਟ ਦਾ, ਜੋੜਾਂ ਦਾ, ਅਤੇ ਐਲਰਜੀ ਕਿਸੇ ਵੀ ਤਰ੍ਹਾਂ ਦੀ ਹੋਵੇ ਸਕਿਨ ਦੀ, ਉਹਦੇ ਲਈ ਇਹ ਕਾਰਗਰ ਸਿੱਧ ਹੁੰਦਾ ਰਿਹਾ ਇਹ ਪਾਣੀ। ਆਹ ਸਾਰਾ ਤੱਤਾ ਪਾਣੀ ਹੀ ਹੈ, ਉੱਧਰ ਵੀ ਪੂਰਾ ਭਵਾਕਾ ਉਬਲਦਾ। ਹਾਂਜੀ ਉਹ ਵੀ ਬਹੁਤ ਤੇਜ਼ ਆ ਉਬਲਦਾ। ਅਤੇ ਸਿੰਧ ਦੇ ਕੰਢੇ 'ਤੇ ਹੀ ਆ, ਸਿੰਧ ਦਰਿਆ ਉਹ ਪਰੇ ਆ ਪਹਾੜ ਦੇ ਨਾਲ ਨਾਲ, ਇਹ ਫਿਰ ਉਹਦੇ ਨਾਲ ਰਲ ਜਾਂਦਾ ਇੱਧਰੋਂ ਆਹ ਨਾਲਾ ਜਾ ਕੇ। ਜਿੱਦਾਂ ਪਾਣੀ ਉਬਲਦੇ ਦੀ ਆਵਾਜ਼ ਆਉਂਦੀ ਸੀ ਨਾ, ਹਾਂ ਉਸੇ ਤਰ੍ਹਾਂ ਉੱਦਾਂ ਦੀ ਆਉਣ ਦੀ ਆਵਾਜ਼ ਹੈ ਪੂਰੀ। ਉਹਦੇ ਆਂਡੇ ਵਿੱਚ ਸੁੱਟੇ ਹੋਏ ਉਹਨਾਂ ਨੇ ਬਾਲਣ ਵਾਸਤੇ, ਹੈ ਨਾ। ਹਾਂਜੀ ਆਂਡੇ ਵਾਲੀ ਜਾਂਦੇ ਇੱਥੇ ਤੱਤੇ, ਕੁਦਰਤੀ ਤੱਤੇ ਪਾਣੀ 'ਚ। ਉਹ ਕੱਢ ਲੈ ਇੱਧਰ ਨੂੰ ਹੁਣ, ਪੱਕੇ ਨੀ ਕੱਚੇ ਆ, ਥੋੜ੍ਹਾ ਟਾਈਮ ਸੁੱਟਿਆ ਹੋਣਾ ਹਾਲੇ। ਬਾਲਾ ਉਬਲਦਾ ਪਾਣੀ ਹੈ, ਜਿੱਦਾਂ ਆਪਾਂ ਕਿਤੇ ਕਿਸੇ ਚੀਜ਼ 'ਚ ਪਾ ਕੇ ਰੱਖਿਆ ਹੁੰਦਾ, ਜਦੋਂ ਉਹ ਵੀ ਨਹੀਂ ਇੰਨਾ ਉਬਲਦਾ ਸਕਦਾ, ਇੰਨਾ ਨਹੀਂ ਮਾਰਦਾ ਹੁੰਦਾ ਕਈ ਵਾਰੀ, ਇਹ ਤਾਂ ਬਹੁਤ ਅਗੜਾ। ਹਾਂਜੀ ਹਾਂ ਹਾਂ ਗਰਮ ਤਾਂ ਵਾਧੂ ਆ, ਪਰ ਆਂਡੇ ਨਹੀਂ ਪੱਕੇ ਆ ਨਾ ਹਾਲੇ, ਲਿਫਾਫੇ ਲਫੂਫੇ 'ਚ ਪਾ ਕੇ ਰੱਖੋ, ਹਵਾ ਲੱਗ ਜਾਂਦੀ ਆ ਨਾ, ਠੰਡਾ ਹੋ ਜਾਂਦਾ ਕੰਮ। ਕਿਆ ਕੁਦਰਤ ਦੇ ਰੰਗ ਆ, ਕਮਾਲ ਹੈ। ਨਾਲ ਹੀ ਨਾ ਇੱਦਾਂ ਦੇ ਆ ਖੁਰੇ ਜਿਹੇ ਬਣੇ ਆ, ਅਤੇ ਇਹਨਾਂ ਦੇ ਵਿੱਚ ਬੰਦਾ ਨਹਾ ਵੀ ਸਕਦਾ, ਕਿਉਂਕਿ ਪਾਣੀ ਦੀ ਸਪਲਾਈ ਡਾਇਰੈਕਟ ਤੱਤੇ ਦੀ ਅੰਦਰ ਜਾਂਦੀ ਹੈ। ਇਸ ਰੋਡ 'ਤੇ ਤਾਂ ਕਾਫੀ ਪਿੰਡ ਨੇ, ਆ ਹੁਣ ਅਸੀਂ ਨਰਨੀਸ਼ ਪਿੰਡ 'ਚੋਂ ਲੰਘ ਰਹੇ ਹਾਂ। ਨਰਨੀਸ਼ ਥੋੜ੍ਹੀ ਥੋੜ੍ਹੀ ਦੂਰੀ ਦੇ ਪਿੰਡ ਆਈ ਜਾ ਰਹੇ, ਪਹਿਲਾਂ ਪਿੰਡ ਦੇਖਣ ਨੂੰ ਤਰਸੇ ਪਏ ਸੀ ਲੱਦਾਖ ਦੇ, ਅਤੇ ਹੁਣ ਪਿੰਡ ਹੀ ਪਿੰਡ ਆ ਰਹੇ ਆ। 4-5 ਕਿਲੋਮੀਟਰ 'ਤੇ ਪਿੰਡ ਆ ਜਾਂਦਾ, ਅਤੇ ਹੁਣ ਨਾਲੇ ਇਹ ਰੋਡ 'ਤੇ ਨਾ ਹਰਿਆਲੀ ਜੀ ਵੀ ਹੈਗੀ ਆ ਕਿਤੇ ਕਿਤੇ, ਜਿੱਥੇ ਜਿੱਥੇ ਪਿੰਡ ਆਉਂਦਾ ਉੱਥੇ ਫਿਰ ਇੰਝ ਹਰਿਆਲੀ ਆ ਜਾਂਦੀ ਆ, ਬੂਟੇ ਜਿਹੇ ਆ ਜਾਂਦੇ ਆ ਵਾਲੇ। ਐਵੇਂ ਪੁੱਛਦਾ ਸੀ ਬੂਟੇ ਕਾਹਦੇ, ਉਹ ਕਹਿੰਦੇ ਵੀ ਇੱਕ ਇਹ ਉੱਦਾਂ ਫਲ ਫੁੱਲ ਵਾਲੇ ਨਹੀਂ ਹੈਗੇ, ਇਹ ਬਸ ਬਾਲਣ ਦੇ ਤੌਰ 'ਤੇ ਅਸੀਂ ਇਹਨਾਂ ਨੂੰ ਵਰਤਦੇ ਹਾਂ। ਵਧੀਆ ਨੇ, ਬਨਸਪਤੀ ਹੋਊਗੀ ਤਾਂ ਸਾਹ ਲਿਆ ਜਾਊਗਾ ਬੰਦਿਆਂ ਲਈ। ਇੱਥੇ ਸਾਹ ਵੀ ਸਗੋਂ ਵਧੀਆ ਆ ਰਿਹਾ, ਨਹੀਂ ਤਾਂ ਰੋਡਿਆਂ ਜਿਹਾ ਦੇ ਵਿੱਚ ਸਾਹ ਬਹੁਤ ਚੜ੍ਹਦਾ ਸੀਗਾ, ਆਕਸੀਜਨ ਹੈ ਨਹੀਂ ਸੀ ਨਾ। ਫੌਜੀ ਫੌਜੀ ਦੀਦੇ ਇੱਥੇ
ਨਰਨੀਸ਼ ਸੇਤੂ, ਨਰਨੀਸ਼ ਬ੍ਰਿਜ ਸੀ, ਫੌਜੀ ਭਾਈ, ਫੌਜੀ ਭਾਈ ਹੋਈ ਪਈ ਆ। ਲਿਖ ਸੇ 20 ਕਿਲੋਮੀਟਰ, ਉਪਸ਼ੀ 40 ਅਤੇ ਕਰੂ 53 ਕਿਲੋਮੀਟਰ, ਅਤੇ ਲੇਹ ਹੈਗਾ ਇੱਥੋਂ ਤਕਰੀਬਨ 88 ਤੋਂ 90 ਕਿਲੋਮੀਟਰ। ਇੱਕ ਬੋਰਡ ਹੋਰ ਆ ਗਿਆ ਅਤੇ ਇੱਥੇ ਲਿਖਿਆ ਲੇਹ 87 ਥਿਕ ਸੇ 70 ਇੱਕ ਕਿਹੜਾ ਸੀ ਥਿਕ ਸੇ ਪਹਾੜ ਚੈੱਕ ਕਰੋ ਇਹ ਹੁਣ ਤੱਕ ਇੱਥੇ ਵੇਖੇ ਆ ਇੱਦਾਂ ਦੇ ਸੋਲਿਡ ਪਹਾੜ ਆ ਪੂਰੇ। ਹੁਣ ਰੰਗ ਬਦਲ ਗਿਆ, ਇੱਧਰ ਆ ਕੇ ਥੋੜ੍ਹੇ ਅੱਗੇ ਆ ਗਿਆ ਨਾ ਰੰਗ ਤਾਂ ਬਦਲੀ ਜਾ ਰਹੇ ਆ ਅਤੇ ਸਾਰੇ ਹੀ ਰੰਗ ਸੋਹਣੇ ਲੱਗ ਰਹੇ ਆ। ਲਦਾਖ ਦਾ ਹਰ ਰੰਗ ਫੱਬ ਰਿਹਾ। ਆਪਾਂ ਉਪਸ਼ੀ ਪਹੁੰਚ ਗਏ ਹਾਂ ਅਤੇ ਇੱਥੋਂ ਹੀ ਆਪਾਂ ਹੁਣ ਲਿੰਕ ਹੋ ਜਾਣਾ ਉਸ ਰੋਡ ਦੇ ਨਾਲ ਜਿਹੜੀ ਮਨਾਲੀ ਤੋਂ ਲੇਹ ਜਾਂਦੀ ਆ। ਡਰਬਿੰਗ ਤੋਂ ਆਪਾਂ ਉਹ ਰੋਡ ਛੱਡਤੀ ਸੀਗੀ ਅਤੇ ਇੱਥੋਂ ਹੁਣ ਲਿੰਕ ਹੋਣ ਲੱਗੀ ਆ। ਆ ਹੋ ਗਈ ਬਈ, ਆ ਗਿਆ ਹਾਂ ਖੱਬੇ ਹੱਥ ਜਿਹੜੀ ਸੜਕ ਆ ਰਹੀ ਆ ਚੰਡੀਗੜ੍ਹ ਮਨਾਲੀ ਸਰਚੂ ਇੱਧਰ ਨੂੰ। ਹਾਂਜੀ ਸ਼੍ਰੀਨਗਰ, ਲੇਹ, ਕਾਰਗਿਲ। ਲੇਹ ਹੁਣ ਇੱਥੋਂ 49 ਕਿਲੋਮੀਟਰ ਆ ਅਤੇ ਕਾਰੂ ਜਾ ਕੇ ਆਪਾਂ ਨੂੰ ਪੈਟਰੋਲ ਪੰਪ ਮਿਲਣਾ। ਆ ਪਿੱਛੋਂ ਮਨਾਲੀਓ ਹੀ ਆ ਰਹੀ ਆ ਰੋਡ ਉਹ। ਹਾਂਜੀ ਇੱਥੋਂ ਕਾਰੂ, ਕਾਰੂ ਅਤੇ ਖਾਰੂ ਦੋਨੇ ਸ਼ਬਦ ਵਰਤੇ ਜਾਂਦੇ ਆ ਨਾ। ਹਾਂਜੀ 13 ਅਤੇ ਲੇਹ 47 ਰਹਿ ਗਿਆ। ਪੈਂਗੰਗ ਸੋ ਹੈਗਾ ਆ 203। ਹਾਂਜੀ ਆ ਵਾਹਵਾ ਵਸਿਆ ਜਿਹਾ ਲੱਗਦਾ ਇੱਥੇ। ਉਹ ਅੱਗੇ ਪੁਲਿਸ ਚੈੱਕ ਪੋਸਟ ਵੀ ਹੈਗੀ ਹੈ। ਹਾਂਜੀ ਇੱਥੇ ਐਂਟਰੀ ਹੋਊਗੀ ਮੈਨੂੰ ਲੱਗਦਾ ਆਪਣੀ। ਹੁਣ ਚੈੱਕ ਪੋਸਟ 'ਤੇ ਦੋ ਬੀਬੀਆਂ ਬੈਠੀਆਂ ਸੀ, ਕਹਿੰਦੀਆਂ ਜਾਓ ਜਾਓ, ਨਹੀਂ ਲਿਖਿਆ ਕੁਛ ਵੀ ਇਹਨਾਂ ਨੇ, ਸ਼ਾਇਦ ਨੰਬਰ ਨੋਟ ਕਰਨਾ ਹੋਊਗਾ ਉਹਨਾਂ ਨੇ ਦੂਰੋਂ ਕਰ ਲਿਆ ਹੋਵੇ, ਹੋ ਸਕਦਾ। ਇਹ ਤਾਂ ਖਾਣਾ ਕੁਛ ਕਿੱਥੇ ਆ ਖਾਰੂ ਤੋਂ ਖਾਣਾ, ਖਾਰੂ ਉਹ ਪਿੱਛੇ ਬਾਜ਼ਾਰ ਜਿਹਾ ਸੀ ਫਿਰ ਖਾਣਾ ਸੀ। ਖਾਰੂ 13 ਕਿਲੋਮੀਟਰ, ਖਾਰੂ ਪਹੁੰਚ ਗਏ ਹੁਣ, ਨਾਲੇ ਤਾਂ ਆਪ ਕੁਛ ਖਾਣਾ ਅਤੇ ਨਾਲੇ ਗੱਡੀ ਦਾ ਢਿੱਡ ਭਰਨਾ। ਇਹਨੇ ਵੀ ਪੈਟਰੋਲ ਬੜੇ ਦਿਨ ਹੋ ਗਏ, ਕਿਲੋਂਗ ਤੋਂ ਜਿੱਦਣ ਪਵਾਇਆ ਸੀ ਬਸ ਉਦਣ ਦੀ ਭਰੀ ਆ, ਬਾਅਦ 'ਚ ਬਸ 5 ਲੀਟਰ ਬਲੈਕ ਵਾਲਾ ਹੀ ਆ। ਇਹਨੂੰ ਵੀ ਰਜਾਉਂਦੇ ਅੱਜ ਅਤੇ ਆਪ ਵੀ ਰੱਜਦੇ ਹਾਂ। ਇਹ ਕਾਫੀ ਵੱਡਾ ਹੈ ਨਾ ਟਾਊਨ, ਉਪਸ਼ੀ ਤਾਂ ਛੋਟਾ ਜਿਹਾ ਹੀ ਸੀਗਾ। ਆਰਮੀ ਗੁੱਡਵਿਲ ਸਕੂਲ, ਉਹ ਦੂਰ ਦੂਰ ਤੱਕ ਹਰੇ ਹਰੇ ਰੁੱਖ, ਦੋ ਦੂਰ ਦੂਰ ਤੱਕ ਰੁੱਖ ਹੀ ਰੁੱਖ ਦਿਖਣ ਲੱਗ ਗਏ।
ਕਾਰੂ 'ਚ ਅਸੀਂ ਰੁਕੇ ਹਾਂ ਅਤੇ ਪੰਪ ਹਾਲੇ ਥੋੜ੍ਹਾ ਜਿਹਾ ਅੱਗੇ ਆ, ਤਾਂ ਉਸ ਤੋਂ ਪਹਿਲਾਂ ਇੱਕ ਰੈਸਟੋਰੈਂਟ 'ਤੇ ਰੁਕੇ, ਇੱਥੇ ਖਾ ਲਈਏ ਥੋੜ੍ਹਾ ਬਹੁਤਾ। ਹਾਂਜੀ ਹੋ ਗਿਆ ਔਡਰ? ਹੋ ਗਿਆ, ਠੀਕ ਹੈ। ਪਰੋਸਿਆ ਗਿਆ ਸਾਡਾ ਔਡਰ, ਜਿਸ 'ਚ ਵੈਜ ਮਨਚੂਰੀਅਨ ਅਤੇ ਫਰਾਈਡ ਰਾਈਸ ਨੇ, ਅਤੇ ਅਸੀਂ ਕਿਹਾ ਵੀ ਅੱਜ ਸਵਾਦ ਚੇਂਜ ਕਰ ਲਈਏ, ਬਦਲ ਕੇ ਖਾ ਲਈਏ ਕੁਛ। ਸਾਡੀ ਪੇਟ ਪੂਜਾ ਤੋਂ ਬਾਅਦ 'ਚ ਹੁਣ ਵਾਰੀ ਆ ਗਈ ਆ ਗੱਡੀ ਦੀ। ਬਸ ਬਾਬਾ ਇਹ ਚੱਲਦਾ ਹੋਵੇ ਪੰਪ, ਚੱਲਦਾ ਹੀ ਲੱਗਦਾ। ਹੋਰ ਨਾ ਨਿਊ ਵਾਂਗੂ ਇਹ ਵੀ ਕਹਿਣ ਵੀ ਸਾਡਾ ਜਨਰੇਟਰ ਖਰਾਬ ਹੋ ਗਿਆ ਤਾਂ ਸਾਡਾ ਆਹ ਹੋ ਗਿਆ। ਜਾ ਰਹੀਆਂ ਗੱਡੀਆਂ, ਜਾ ਰਹੀਆਂ ਗੱਡੀਆਂ ਅੰਦਰ। ਚਲੋ ਮੁੜ ਜਾਓ ਤੁਸੀਂ ਵੀ। ਇੱਥੇ ਪੈਟਰੋਲ ਦਾ ਰੇਟ ਹੈਗਾ 101 ਰੁਪਈਆ ਅਤੇ 87 ਪੈਸੇ, ਕਿਉਂਕਿ ਇੱਥੋਂ ਤੱਕ ਪਹੁੰਚਾਉਣ ਦਾ ਖਰਚਾ ਵੀ ਵੱਧ ਜਾਂਦਾ ਨਾ, ਤਾਂ ਕਰਕੇ ਇਹ ਮਹਿੰਗਾ ਲਾ ਰਹੇ ਇੱਥੇ। ਕਰਦੇ ਪੂਰਾ, ਹਾਂ ਵੈਲਕਮ ਟੂ ਲੇਹ ਯੂਟੀ ਲਦਾਖ, ਸਵਾਗਤ ਹੈ ਬਈ। ਹੁਣ ਇੱਦਾਂ ਅੱਗੇ ਪੰਪ ਇੱਕ ਹੋਰ, ਹੁਣ ਬਾਅਦ 'ਚ ਪੰਪ ਹੀ ਆਈ ਜਾਂਦੇ ਉਦੋਂ ਦੇ, ਕਰੂ ਤੋਂ ਬਾਅਦ 'ਚ ਤਿੰਨ ਚਾਰ ਪੰਪ ਆ ਗਏ ਆ ਇਸ ਰੋਡ 'ਤੇ, ਚੰਗੇ ਪੰਪ ਹੈਗੇ ਆ। ਲੇਹ 'ਚ ਐਂਟਰ ਹੁੰਦੇ ਹੀ ਰਸ਼ ਵੇਖ ਲਓ, ਗੱਡੀਆਂ ਹੀ ਗੱਡੀਆਂ, ਕਿੱਥੇ ਪਹਾੜਾਂ 'ਤੇ ਗੱਡੀਆਂ ਵੇਖਣ ਨੂੰ ਤਰਸਦੇ ਸੀ ਕਿ ਕੋਈ ਇੱਕ ਗੱਡੀ ਦੂਰੋਂ ਮਸਾਂ ਹੀ ਕਿਤੇ ਦਿਖਦੀ ਆ, ਅਤੇ ਆ ਗਿਆ ਫਿਰ ਉੱਥੇ ਭੀੜ ਭੜੱਕੇ ਵਾਲੇ ਰਸ਼ 'ਚ, ਰਸ਼ ਪੈ ਗਿਆ। ਮੈਂ ਲੇਹ ਤੋਂ 15-20 ਕਿਲੋਮੀਟਰ ਪਹਿਲਾਂ ਹੀ ਲਾਈਨਾਂ ਆਈਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਲੇਹ ਪਹੁੰਚ ਕੇ ਅਸੀਂ booking.com ਖੋਲ੍ਹੀ ਅਤੇ ਉਹਨੇ ਸੁਹਾਣਾ ਹੋਮ ਸਟੇ ਸਾਨੂੰ ਪਹੁੰਚਾ ਤਾ, ਅਤੇ ਨੇੜਲਾ ਇਹੀ ਸੀਗਾ। ਫਿਰ ਅਸੀਂ ਮੂਹਰੇ ਗੱਡੀ ਪਾਰਕ ਕਰਤੀ ਹੈ ਅਤੇ ਆ ਜਾਓ ਜੀ, ਕਿਉਂਕਿ ਇੱਥੇ ਤਾਂ ਵਾਧੂ ਨੇ, ਇਸ ਲਈ ਆਪਾਂ ਅੱਗੇ ਤੋਂ ਅੱਗੇ ਆਉਂਦੇ ਗਏ ਅਤੇ ਉੱਥੇ ਆ ਕੇ ਜਦੋਂ booking.com 'ਤੇ ਸਰਚ ਕੀਤਾ ਤਾਂ ਇਹੀ ਲਾਗੇ ਸੀਗਾ ਅਤੇ ਆਪਾਂ ਇਹੀ ਬੁੱਕ ਕਰ ਲਿਆ। ਸੁਹਾਣਾ ਇਹ ਰੂਮ ਵਿਦ ਅਟੈਚ ਵਾਸ਼ਰੂਮ, ਸਹੀ ਹੈ, ਵਧੀਆ ਨਾ। ਅੱਛਾ ਹੈ, ਪੱਖਾ ਲਾਦਾ, ਗਰਮੀ ਆ ਹਲੇ, ਇੱਥੇ 31 ਡਿਗਰੀ ਸੈਲਸੀਅਸ ਆ।
ਰਾਜਧਾਨੀ ਲੇਹ ਦੇ ਵਿੱਚ ਇਹ ਅੱਜ ਦਾ ਆਪਣਾ ਟਿਕਾਣਾ ਅਤੇ ਇੱਥੇ ਆਉਂਦੇ ਹੀ ਪੱਖੇ ਚੱਲ ਗਏ ਕਿਉਂਕਿ 30 degrees ਤੋਂ ਉੱਪਰ ਇੱਥੇ ਟੈਂਪਰੇਚਰ ਆ। 1100 rupees ਦੇ ਵਿੱਚ ਇਹ ਆਪਾਂ ਨੂੰ ਹੋਮ ਸਟੇ ਮਿਲਿਆ booking.com ਤੋਂ, ਜਿਵੇਂ ਮੈਂ ਦੱਸਿਆ ਵੀ ਇਹ ਬੁੱਕ ਕੀਤਾ ਉਹਨੇ ਸਾਨੂੰ ਨੀਅਰ ਬਾਏ ਦੇ ਵਿੱਚ ਇਹੀ ਸ਼ੋਅ ਕੀਤਾ ਅਤੇ ਫਿਰ ਆਪਾਂ ਆ ਗਏ, ਸਾਨੂੰ ਪਸੰਦ ਆ ਗਿਆ। ਅਤੇ ਬਾਕੀ ਇਸ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ, ਫਿਰ ਲੇਹ ਘੁੰਮਾਉਂਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਠੀਕ ਆ ਜੀ, ਫਿਰ ਸਾਡੇ ਸਫ਼ਰਾਂ ਦੇ ਨਾਲ ਜੁੜੇ ਰਹੋ। ਬਾਏ ਬਾਏ, ਕੀਪ ਵਾਚਿੰਗ ਵਾਕ ਵਿਦ ਟਰਨਾ।